ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਮੇਰਾ YouTube ਚੈਨਲ ਲੇਟਸ ਐਗਰੀਕਲਚਰਲ ਇਨਫੋ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਕਿਸਾਨ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਜੋ ਕਿ ਆਪਣੇ ਕਣਕ ਲਈ ਬਹੁਤ ਹੀ ਫਾਇਦੇਮੰਦ ਹੈ ਸੋ ਗੱਲ ਕਰਨ ਤੋਂ ਪਹਿਲਾਂ ਜਿਨ੍ਹਾਂ ਕਿਸਾਨ ਦੋਸਤਾਂ ਨੇ ਮੇਰਾ YouTube ਚੈਨਲ ਲੇਟਸ ਐਗਰੀਕਲਚਰਲ ਇਨਫੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਲਾ ਰੰਗ ਦਾ ਬਟਨ ਦਬਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾ ਜੋ ਸਾਡੇ ਦੁਆਰਾ ਹਰ ਇੱਕ ਸਾਂਝੀ ਕੀਤੀ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਕਿਸਾਨ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਦੇ ਆਂ ਕਣਕ ਦੇ ਉੱਪਰ ਪੈਣ ਵਾਲੀਆਂ ਖਾਦਾਂ ਤੇ ਸਫਰੇਆਂ ਸੋ ਇਸ ਵਾਰ ਜਿਵੇਂ ਕਿ ਆਪਾਂ ਬਜਾਈ ਤੋਂ ਲੈ ਕੇ ਹੀ ਆਪਾਂ ਨੂੰ ਅਨੁਮਾਨ ਸੀਗਾ ਕਿ ਕਾਫੀ ਖੁਸ਼ਕ ਸੀਗੇ ਆਪਣੇ ਖੇਤ ਸੋ ਗਿੱਲਾਪਣ ਘੱਟ ਮਿਲਿਆ ਕਿਉਂਕਿ ਪਿਛਲੀ ਵਾਰ ਨਾਲੋਂ ਜੇਕਰ ਕੱਖਾਂ ਦੀ ਗੱਲ ਕਰੀਏ ਉਹ ਵੀ ਥੋੜਾ ਘਟਨੇ ਕਿਉਂਕਿ ਬਜਾਈ ਸਮੇਂ ਖੁਸ਼ਕ ਸੀਗੀ ਜ਼ਮੀਨ ਜਿੰਨਾ ਕਿਸਾਨ ਵੀਰਾਂ ਨੇ ਤਾਂ ਬਹਾਈ ਕਰਕੇ ਬੀਜਿਆ ਆ ਬਹਾਈ ਕਰਕੇ ਬੀਜੀ ਥੋੜੀ ਹਵਾ ਲਵਾ ਕੇ ਖੋਲ ਕੇ ਜ਼ਮੀਨ ਬੀਜੀ ਆ ਉਹਨਾਂ ਦੇ तकरीबन ਕੱਖ ਘਟ ਕੱਖ ਦੀ ਸਮੱਸਿਆ ਘਟ ਆਈ ਆ ਸੋ ਜਿਨ੍ਹਾਂ ਨੇ तकरीबन तकरीबन ਸਿੱਧੀ ਬਜਾਈ ਕੀਤੀ ਆ ਸੋ ਕਈਆਂ ਦੀ ਤਾਂ ਕਣਕ ਹਾਲੇ ਤੱਕ ਵੀ ਸੂਤ ਨਹੀਂ ਆਈ ਜੰਮੀ ਨਹੀਂ ਪ੍ਰੋਪਰ ਪ੍ਰੋਪਰ ਜਮਾਨ ਹੀ ਹੋਇਆ ਨਿਕਲ ਹੀ ਨਹੀਂ ਪ੍ਰੋਪਰ ਲੇਟ ਨਿਕਲੀ ਆ ਸੋ ਉਹਨਾਂ ਲਈ ਕੁਝ ਨੁਕਸਾਨ ਵੀ ਹੋਇਆ ਸੋ ਹਮੇਸ਼ਾ ਆਪਾਂ ਨੂੰ ਥੋੜਾ ਖੇਤ ਨੂੰ ਖੋਲ ਕੇ ਬੀਜਣਾ ਚਾਹੀਦਾ ਇਹ ਜਰੂਰ ਇੱਕ ਮਨ ਚ ਪੱਕੀ ਗੱਲ ਰੱਖਿਓ ਕਿਉਂਕਿ ਇੱਕ ਤਾਂ ਆਪਾਂ ਜੇਕਰ ਸਿੱਧੀ ਬਜਾਈ ਕਰਦੇ ਆ ਜੇਕਰ ਖੁਸ਼ਕ ਖੇਤ ਆ ਤਾਂ ਅੱਧੇ ਦਾਣੇ ਆਪਣੇ ਪ੍ਰਣਾਲੀ ਵਿੱਚ ਹੀ ਰਹਿ ਜਾਂਦੇ ਨੇ ਸੋ ਪ੍ਰਣਾਲੀ ਵਿੱਚ ਦਾਣਾ ਕਦੀ ਨਹੀਂ ਜਮ ਜੰਮਦਾ ਸੋ ਜੇਕਰ ਥੋੜੀ ਵਾਲੀ ਇਹ ਬਹਾਈ ਕਰਦੇ ਆ ਕੋ ਮਿੱਟੀ ਬਹਾਈ ਨਾ ਮਿੱਟੀ ਪੱਟ ਹੁੰਦੀ ਆ ਤੇ ਉਹਦੇ ਉੱਪਰ ਆਪਾਂ ਬਹਾਈ ਕਰਕੇ ਬੀਜਦੇ ਆ ਤਾਂ ਦਾਣਾ ਜ਼ਰੂਰ ਮਿੱਟੀ ਨਾਲ ਅਟੈਚ ਹੁੰਦਾ ਵਿੱਚ ਜਾਂਦਾ ਤਾਂ ਉੱਥੇ ਉਹਦਾ ਜਮਾਪਨ ਵਧੀਆ ਹੁੰਦਾ ਸੋ ਇਹੋ ਜਿਹੀਆਂ ਗਲਤੀਆਂ ਨਾ ਕਰਿਆ ਕਰੋ ਕਿਉਂਕਿ ਇਹ ਕਣਕ ਆ ਕਿਹੜੀ ਆਪਣੀ 6 ਮਹੀਨਿਆਂ ਦੀ ਫਸਲ ਹੈ ਆਪਣੀ ਸੋ ਹੁਣ ਵੀ ਮੈਂ ਕਈ ਕਿਸਾਨ ਦੇਖੇ ਸੀ ਜਿਵੇਂ ਕੋਈ ਗੁੱਡ ਕੇ ਲਾਉਂਦਾ ਵਿੱਚੋਂ ਸਿਆੜ ਕੇਰ ਕੇ ਲਾਉਂਦਾ ਵਿੱਚੋਂ ਹੇਠ ਤੱਕ ਪ੍ਰੋਪਰ ਚੱਲ ਰਿਹਾ ਕੰਮ ਹਜੇ ਤੱਕ ਵੀ ਚੱਲ ਰਿਹਾ ਆ ਮੈਂ ਤਾਂ ਹੈਰਾਨ ਸੀ ਇਸ ਗੱਲ ਤੋਂ ਕਿ ਆਪਾਂ ਦੂਸਰਾ ਪਾਣੀ ਲਾਉਣ ਤੱਕ ਪੁੱਜ ਗਏ ਆ ਤਾਂ ਉਹ ਹਜੇ ਆਪਣੇ ਵਿੱਚੋਂ ਵਿੱਚ ਕਣਕ ਸਿਆਣਾ ਚ ਬੀਜ ਰਹੇ ਨੇ ਸੋ ਕਦੋਂ ਰਲੂਗੀ ਜੇਕਰ ਆਪਾਂ ਹੁਣ ਬੀਜ ਦੇ ਵੀ ਆ ਤਾਂ ਉੱਪਰੋਂ ਜਲਦੀ ਪਾਣੀ ਬਾਕੀ ਕਣਕ ਪਾਣੀ ਮੰਗਦੀ ਇਹਦਾ ਪਾਣੀ ਲਗਾਉਣੇ ਆ ਉਹ ਪਾਣੀ ਦੇ ਦੁਆਰ ਨਾ ਵੀ ਮਰ ਜਾਵੇਗੀ ਕਿਉਂਕਿ ਇਹ ਟਾਈਮ ਤੇ ਹੁਣ ਬੀਜਣਾ ਬਹੁਤ ਆਪਾਂ ਕਹਿੰਦੇ ਕਿ ਮੁਸ਼ਕਲ ਆ ਜਿਵੇਂ ਸਮਾਂ ਚੱਲਦਾ ਆ ਸੋ ਬਾਕੀ ਕਿਸਾਨ ਦੋਸਤਾਂ ਨੂੰ ਬੜੀਆਂ ਖਾਦਾਂ ਸਪਰੇਆਂ ਬਾਰੇ ਦੱਸਿਆ ਜਾ ਰਿਹਾ ਹੈ ਮਾਰਕੀਟ 'ਚ ਬੈਠੇ ਥੱਗ ਜਿਨ੍ਹਾਂ ਨੂੰ ਮੈਂ ਥੱਗ ਕਹੂੰਗਾ ਕਿਉਂਕਿ ਉਹ ਆਪ ਤਾਂ ਇੰਨੇ ਨੌਲੇਜ ਕਰ ਨਹੀਂ ਹੁੰਦੇ ਜਾਣਕਾਰ ਨਹੀਂ ਹੁੰਦੇ ਕਿ ਖੇਤੀ ਬਾਰੇ ਪ੍ਰੋਪਰ ਦੱਸ ਸਕਣ ਕਿਉਂਕਿ ਆਪ ਉਹ ਕੁਰਸੀਆਂ ਤੇ ਬੈਠੇ ਆਪਾਂ ਨੂੰ ਕਿਤਾਬਾਂ ਪੜ੍ਹ ਕੇ ਸਪਰੇਆਂ ਬਾਰੇ ਦੱਸਦੇ ਆ ਤੇ ਨਾ ਹੀ ਕੋਈ ਕਿਸੇ ਨੇ ਖੇਤ ਵਿੱਚ ਚਾਰ ਦਾਣੇ ਉਗਾਏ ਹੁੰਦੇ ਹਨ ਉਹ ਆਪਾਂ ਨੂੰ ਨੌਲੇਜਾਂ ਦਿੰਦੇ ਨੇ ਪੱਖਿਆਂ 'ਚ ਏਸ਼ੀਆਂ 'ਚ ਬੈਠੇ ਨੌਲੇਜਾਂ ਦਿੰਦੇ ਨੇ ਕਿ ਤੁਸੀਂ ਇਹ ਸਪਰੇਅ ਕਰੋ ਸਾਡੀ ਪ੍ਰੋਪਰ ਤੁਰਪਈ ਕਣਕ ਕਿਸਾਨ ਦੋਸਤੋ ਜਿਹੜੀ ਕਣਕ ਧਰਤੀ 'ਚੋਂ ਨਿਕਲੀ ਨਹੀਂ ਤੇ ਉਹ ਸਪਰੇਆ ਨਾ ਕਿਵੇਂ ਤੁਹਾਨੂੰ ਉਹਦਾ ਬੁੱਝਾ ਵੱਜੂਗਾ ਜਾਂ ਕਹਦੀ ਹੈ ਕਿ ਉਹ ਵਧੀਆ ਕਣਕ ਬਣ ਜੂਗੀ ਜਿਹੜੀ ਧਰਤੀ 'ਚੋਂ ਨਿਕਲੀ ਸੋ ਬਹੁਤੀਆਂ ਸਪਰੇਆ ਕਰਨ ਦਾ ਇਸ ਵਾਰ ਕੋਈ ਫਾਇਦਾ ਨਹੀਂ ਆ ਕਿਉਂਕਿ ਖੁਸ਼ਕ ਖੇਤ ਸੀਗੇ ਆਪਾਂ ਪਾਣੀ ਲਗਾਇਆ ਪਾਣੀ ਜਲਦੀ ਜਿਹਦਾ ਸੁੱਕਦਾ ਰਿਹਾ ਪਾਣੀ ਕੋ ਜਿਆਦਾ ਸਮੱਸਿਆ ਪਾਣੀ ਨਾ ਆਉਂਦੀ ਸੀ ਸੋ ਉਹਨਾਂ ਸਪਰੇਆਂ ਤੋਂ ਥੋੜਾ ਬਾਹਰ ਰੱਖਿਓ ਜਿਵੇਂ ਕਿ ਮੈਂ ਆਪਣੇ ਖੇਤ 'ਚ ਖੜਾ ਇਸ ਖੇਤ ਦੇ ਨਾਲ ਨਾਲ ਜੇਕਰ ਮੈਂ ਗੱਲ ਕਰਾਂ ਮੈਂ ਹਰ ਇੱਕ ਸਾਲ ਇੱਥੇ ਜਰੂਰ ਸਪਰੇ ਤਤਾਂ ਵਾਲੀ ਸਪਰੇ ਕਰਦਾ ਸੀ ਇਹਦੇ ਨਾਲ ਨਾਲ ਕਿਉਂਕਿ ਪਾਣੀ ਖੜਦਾ ਸੀ ਜਲਦੀ ਸੁੱਕਦਾ ਨਹੀਂ ਸੀ ਸੋ ਇਸ ਵਾਰ ਕਿਸਾਨ ਦੋਸਤੋ ਕੋਈ ਲੋੜ ਨਹੀਂ ਪਈ ਜਿਵੇਂ ਇਹ ਨਾਲ ਤੁਸੀਂ ਦੇਖ ਸਕਦੇ ਹੋ ਇਸ ਵਾਰ ਕੋਈ ਲੋੜ ਨਹੀਂ ਪਈ ਆਪਾਂ ਨੂੰ ਸਪਰੇ ਕਰਨ ਦੀ ਕਿਉਂਕਿ ਖੁਸ਼ ਖੇਤੀ ਪਾਣੀ ਜਲਦੀ ਪੀਗਾ ਤਾਂ ਨੋਰਮਲ ਆਪਾਂ ਜੂਰੀਆ ਹੀ ਪਾਇਆ ਦੋ ਵਾਰ ਜੂਰੀਆ ਪਾ ਚੁੱਕੇ ਆਂ ਦੂਸਰੀ ਵਾਰੀ ਆਪਾਂ ਸਿਰਫ ਨਾਲ ਬਾਇਓ ਫਰਟੀਲਾਈਜ਼ਰ ਪਾਇਆ ਤੱਤਾਂ ਵਾਲਾ ਤੇ ਨਾਲ ਆਪਾਂ ਜਰੂਰ ਆਪਾਂ ਸਲਫਰ ਪਾਈ ਆ ਦੋ ਚੀਜ਼ਾਂ ਸਾਰੇ ਪਾਈਆਂ ਜੂਰੀ ਚ ਲੜਾ ਕੇ ਹੋਰ ਕੁਝ ਨਹੀਂ ਪਾਇਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਨਹੀਂ ਹੈਗਾ ਹੁਣ ਪ੍ਰੋਪਰ ਹਜੇ ਸਲਫਰ ਹਜੇ ਵੀ ਜੇ ਆਪਾਂ ਗੱਲ ਕਰੀਏ ਖੇਤ ਚ ਪਈ ਹੋਈ ਆ ਤੁਸੀਂ ਦਾਣੇ ਦੇਖ ਸਕਦੇ ਹੋ ਸਲਫਰ ਦੇ ਸਲਫਰ ਜਰੂਰ ਪਈ ਆ ਕੋਈ ਜੂਰੀਆ ਤਾਂ ਇੱਕ ਦੋ ਦਿਨ ਵਿੱਚ ਸੁੱਕ ਜਾਂਦਾ ਆ ਪੀ ਮਤਲਬ ਆਪਣਾ ਘੁਲ ਜਾਂਦਾ ਮਿੱਟੀ ਚ ਸੋ ਇਹ ਚੀਜ਼ਾਂ ਹੀ ਪਾਈਆਂ ਆਪਾਂ ਬਹੁਤੀਆਂ ਸਪਰੇਇਆਂ ਕਰਨ ਦੀ ਲੋੜ ਨਹੀਂ ਜੇਕਰ ਤੁਹਾਡੀ ਪ੍ਰੋਪਰ ਜਮਾ ਹੋਇਆ ਕਣਕ ਦਾ ਤੁਸੀਂ ਨਾਰਮਲ ਚੀਜ਼ਾਂ ਨਾਲ ਇਸ ਦੀ ਗ੍ਰੋਥ ਵਧੀਆਂ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਵਿੱਚ ਇਹੀ ਗੱਲ ਕਰਨੀ ਸੀ ਮੇਰਾ YouTube ਚੈਨਲ ਲੇਟਸ ਐਗਰੀਕਲਚਰਲ ਇਨਫੋ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਜਰੂਰ ਕਰਨਾ ਆਪਣੇ ਸੋਸ਼ਲ ਮੀਡੀਆ ਤੇ ਤਾਂ ਕਿ ਹਰ ਇੱਕ ਕਿਸਾਨ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਕਿ ਆਪਾਂ ਹੋਰ ਵੀ ਅੱਗੇ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਸੋ ਇੰਨੀਆਂ ਗੱਲਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਥੈਂਕ ਯੂ